ਬਲੋਗਿੰਗ ਕਰਨ ਦਾ ਪੂਰਾ ਸੈਟਅਪ ਇੱਥੇ ਤਿਆਰ ਆ ਮੇਰੇ ਹੈਲਮਟ ਤੇ, ਉਹ ਆਹ ਮੈਂ ਹੈਲਮਟ ਨਾਲ ਲੈ ਚੱਲਾ ਕਿਉਂਕਿ ਆਉਂਦੀ ਵਾਰ ਡਰਾਈਵ ਕਰਕੇ ਲੈ ਕੇ ਉਹਨੂੰ ਆਉਣਾ ਆ ਫਿਰ ਫਾਈਨਲੀ ਗਾਇਸ ਮੈਂ ਪਹੁੰਚ ਗਿਆ ਰੋਇਲ ਇਨਫੀਲਡ ਦੇ ਸ਼ੋਰੂਮ ਤੇ ਹੁਣ ਜਾ ਕੇ ਆਪਾਂ ਲੈਣੇ ਆ ਡ੍ਰੀਮ ਬਾਈਕ ਦੀ ਡਿਲੀਵਰੀ। ਦਰਵਾਜ਼ਾ ਖੋਲ ਕੇ ਆਪਣੇ ਦਵੜ ਕੇ ਸ਼ੋਰੂਮ ਦੇ ਅੰਦਰ ਆਪਾਂ ਤੁਰਦੇ ਪਏ ਆ ਹੁਣ, ਫਿਰ ਜਾ ਕੇ ਆਪਾਂ ਸਿੱਧੇ ਕੈਸ਼ ਕਾਊਂਟਰ ਤੇ ਬੈਠੇ ਤੇ ਜਾ ਕੇ ਭਾਜੀ ਨੂੰ ਕੈਸ਼ ਹੈਂਡਓਵਰ ਕੀਤਾ, ਤਾਂ ਉਹ ਤੋਂ ਬਾਅਦ ਉਹ ਪੇਪਰ ਵਰਕ ਉਹ ਸਾਇੰਸ ਨੂੰ ਡਾਊਨ ਡਾਊਨ ਕੀਤੇ, ਤਾਂ ਸਿੱਧਾ ਆਪਾਂ ਚੱਲ ਕੇ ਬਾਈਕ ਦੇਖਣ ਵਾਸਤੇ ਆਪਣੀ ਬਾਈਕ ਸਾਈਡ ਜਾਂਦੇ ਕਾਲੇ ਪੜ ਜਾਂ ਢੱਕੀ ਹੋਈ ਸੀਗੀ, ਤਾਂ ਬਾਈਕ ਇੰਨੀ ਖੂਬਸੂਰਤ ਲੱਗਦੀ ਪਈ ਸੀਗੀ, ਇੰਡੀਕੇਟਰ ਜਾਂਦੇ ਪਏ, ਤੁਸੀਂ ਸਿਨੇਮੈਟਿਕ ਸ਼ੋਟਸ ਚੈੱਕ ਕਰੋ। ਬਾਈਕ ਮੇਰੀ, ਮੈਂ ਬਾਈਕ ਦਾ ਹੋ ਗਿਆ ਆ ਤੇ ਹੁਣ ਆਪਾਂ ਬਾਈਕ ਘਰ ਲੈ ਕੇ ਜਾਂਦੇ ਆ। ਬਸ ਫਾਈਨਲੀ ਮੈਂ ਪਹਿਲਾ ਗੇਅਰ ਪਾਉਣ ਲੱਗਿਆ ਹਾਂ, ਪੈ ਗਿਆ ਪਹਿਲਾ ਗੇਅਰ, ਵਾਈਜ਼ਰ ਕਰਦੇ ਆ ਡਾਊਨ ਅਤੇ ਚੱਲਦੇ ਆ। ਹੁਣ ਮਿਰਰ ਸੈੱਟ ਨਹੀਂ ਹੈਗੇ ਪਰ ਸਾਰੇ ਮਿਰਰ ਸੈੱਟ ਕਰ ਲਵਾਂ ਮੈਂ ਹੁਣ, ਠੀਕ ਆ। ਗਾਇਸ ਬਹੁਤ ਮਜ਼ਾ ਆਉਂਦਾ ਪਿਆ ਯਾਰ, ਲਿਟਰਲੀ ਇੰਨਾ ਮਜ਼ਾ ਆਉਂਦਾ ਪਿਆ ਬਾਈਕ ਚਲਾ ਕੇ, 40 ਸਪੀਡ 'ਤੇ ਪਹੁੰਚ ਵੀ ਗਈ ਆ, ਲੱਗਦਾ ਨਹੀਂ ਪਿਆ ਯਾਰ 40 ਸਪੀਡ 'ਤੇ ਪਹੁੰਚ ਗਈ ਆ। ਇਹਦੇ ਵਿੱਚ ਉਹ ਕਹਿੰਦੇ ਸੀਗੇ ਤੇਲ ਨਾ ਸਿਰਫ 2 ਲੀਟਰ ਹੀ ਆ, ਪਹਿਲਾਂ ਆਪਾਂ ਫਿਊਲ ਟੈਂਕ ਫੁੱਲ ਕਰਾਉਣਾ ਆ। ਸੱਚੀ ਮੈਂ ਨਾ ਕਾਫੀ ਟਾਈਮ ਤੋਂ ਸੌਦਾ ਪਿਆ ਸੀਗਾ ਆਹ ਵਾਲੀ ਬਾਈਕ ਬਾਈ ਕਰਨ ਵਾਸਤੇ, ਮੈਂ ਉਹਦਾ ਸਟੈਂਡਰਡ ਕਲਾਸ ਵੀ ਦੇਖੀ ਆ, ਬਟ ਜੋ ਬਾਈਕ ਆਹ ਚਲਾਉਂਦਾ ਮਜ਼ਾ ਆਉਂਦਾ ਪਿਆ ਨਾ, ਜਿਹਨੂੰ ਕਹਿੰਦੇ ਆ ਔਸਮ ਬਾਈਕ।
ਟ੍ਰੈਫਿਕ ਐਜ਼ ਯੂਜੂਅਲ ਇੱਦਾਂ ਹੀ ਹੁੰਦੀ ਆ, ਲੰਘਣਾ ਪੈਣਾ ਤਾਂ। ਇਹ ਆ ਗਿਆ ਆਪਣਾ ਕਪੂਰਥਲਾ ਚੌਂਕ, ਇੱਥੋਂ ਸਿੱਧਾ ਆਪਾਂ ਆਪਣ ਜਾਂਦੇ ਹੁਣ ਕਾਜ ਤੁਹਾਨੂੰ ਜਾ ਕੇ ਮੈਂ ਪੈਟਰੋਲ ਪੰਪ 'ਤੇ ਮਿਲਦਾ। ਉਹ ਸਾਹਮਣੇ ਪੈਟਰੋਲ ਪੰਪ ਆ ਗਿਆ, ਸਭ ਤੋਂ ਪਹਿਲਾਂ ਕਰਨੇ ਆ ਟੈਂਕ ਫੁੱਲ। ਪੈਟਰੋਲ ਪਵਾ ਲਈਏ ਇੱਥੋਂ, ਫੁੱਲ ਕਰਾ ਲੈਂਦੇ ਹਾਂ। ਹੁਣ ਪੰਦਰਾਂ ਦਾ ਪਾ ਦਿਉ, ਪੈ ਜਾਊਗਾ 1500 ਦਾ। ਇਹ ਦੇਖੋ ਤਾਂ ਕਿੰਨੇ ਪੈਂਦਾ ਉਹਦਾ ਇਹ 'ਚ, ਮੈਨੂੰ ਪਤਾ ਨਹੀਂ ਕਿੰਨਾ ਪੈਣਾ। ਮੈਂ 1500 ਦਾ ਕਿਹਾ ਦਿੱਤਾ ਗਾਈਸ, ਪੈਟਰੋਲ 'ਚ ਪਤਾ ਨਹੀਂ ਕਿੰਨਾ ਪੈਣਾ। ਹੁਣ ਗੂਗਲ ਪੇ ਚੱਲਦਾ ਆਪਣੇ ਨਾ? ਠੀਕ ਹੈ ਜੀ, 1000 ਦਾ ਪੈ ਬਸ ਜਾਂ ਜੀ ਉੱਪਰ ਤੱਕ ਨਾ ਕਰਿਓ ਬਸ ਆਪ ਜੀ ਦੀ ਪਰ। ਦਿਓ ਬਾਰ ਕੋਡ, ਇੱਕ 1010। ਮੈਂ ਗਾਇਸ ਸੋਚਿਆ ਸੀਗਾ ਇਹਦੀ ਜਿਹੜੀ ਟੈਂਕੀ ਆ ਫੁੱਲ 1500 ਦੀ ਹੁੰਦੀ, ਬਟ ਇਹ 1010 ਰੁਪਏ ਦੀ ਹੋ ਗਈ ਹੈ ਜੀ। ਅਤੇ ਹੁਣ ਸਾਨੂੰ ਕੋਈ ਚਿੰਤਾ ਨਹੀਂ ਹੈਗੀ, ਹੁਣ ਆਪਾਂ ਜਿੱਦਾਂ ਮਰਜ਼ੀ ਉਹ ਬੈਗ ਚਲਾ ਸਕਦੇ ਹੀ ਆ। ਆਪਣੀ ਛੋਟੀ ਜਿਹੀ ਵਾਟਰ ਕਰੋਸਿੰਗ ਆ। ਵਾਹ 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 ਯਾਰ, ਰੋਇਲ ਇਨਫੀਲਡ ਦੀ ਬਾਈਕ ਚਲਾਉਣ ਦਾ ਨਸ਼ਾ ਹੀ ਵੱਖਰਾ ਯਾਰ ਆਉਂਦਾ ਪਿਆ, ਐ ਨਜ਼ਾਰਾ ਪੂਰਾ ਨਜ਼ਾਰਾ ਆਉਂਦਾ ਪਿਆ। ਮੈਨੂੰ ਭੁਲੇਖਾ ਪੈਂਦਾ ਪਿਆ, ਪਹਿਲਾਂ ਮੈਂ ਯੂਜ਼ ਕਰਦਾ ਸੀਗਾ ਸਿਟੀ ਹੰਡਰ ਨਾ, ਤਾਂ ਸਾਰੇ ਗੇਅਰ ਅੱਗੇ ਨੂੰ ਪੈਂਦੇ ਆ, ਅਤੇ ਇਹਦਾ ਪਹਿਲਾ ਗੇਅਰ ਥੱਲੇ ਨੂੰ ਆ, ਅਤੇ ਬਾਕੀ ਸਾਰੇ ਗੇਅਰ ਉੱਪਰ ਨੂੰ ਪੈਂਦੇ ਇਹਦੇ। ਜੇ ਮੈਂ ਗੱਲ ਕਰਾਂ ਪਿਕਅਪ ਦੀ, ਇੰਨੀ ਵਧੀਆ ਪਿਕਅਪ ਹੁੰਦੀ ਪਈ ਨਾ। ਉਹ ਸਿਗਨਲ ਗ੍ਰੀਨ 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 ਕਰ ਦਿਉ, ਖੁੜ ਦਿਉ ਖੁੜ ਦਿਉ। ਜਦੋਂ ਮੈਂ ਸਪੀਡ 40 ਕਰਦਾ ਪਿਆ, ਲੱਗਦਾ ਹੀ ਨਹੀਂ ਪਤਾ ਕਿ 40 ਸਪੀਡ 'ਤੇ ਬਾਈਕ ਪਹੁੰਚਦੀ ਪਈ ਆ, ਇੰਨੀ ਕੁ ਸਮੂਥ ਚੱਲਦੀ ਪਈ ਆ। ਓਏ ਹੋਏ ਹੋਏ ਮਾਈ ਗੋਡ, ਬਹੁਤ ਮਜ਼ਾ ਆਉਂਦਾ ਪਿਆ ਆ ਯਾਰ। ਆਪਣਾ ਗਿਆ ਗੋਲ ਚੌਂਕ ਇੱਥੋਂ, ਵਾਹ ਵੀ ਵਾਹ। ਓ ਬਾਈ 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 ਬਾਈ, ਓਵਰਲੋਡ ਗੱਡੀ ਕੀਤੀ ਪਈ ਆ, ਲਿਮਿਟ ਮਤਲਬ ਲਿਮਿਟ ਵੀ ਕ੍ਰੋਸ ਕੀਤੀ ਪਈ ਆ ਇਹਨਾਂ ਨੇ ਤਾਂ ਯਾਰ। ਦੇਖੀ ਕਿਤੇ ਪਲਟਾ ਪਲਟੂਣ ਆ ਨਹੀਂ ਯਾਰ, ਮੈਨੂੰ ਆਪਣੀ ਬਾਈਕ ਦਾ ਯਾਰ ਇੱਧਰ ਫਾਟਕ ਕਿੱਧਰ ਆ ਗਿਆ, ਮੈਂ ਤਾਂ ਰੋਂਗ ਆਉਂਦੀ ਬਾਈਕ ਵਾਈਬ ਆਉਂਦੀ ਪਈ ਨਾ ਮੈਨੂੰ। ਓਏ ਹੋਏ 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 ਔਸਮ ਯਾਰ, ਇਹਦਾ ਕਿ ਤੁਸੀਂ ਵੀ ਇੰਜੋਏ ਮੇਰੇ ਵਾਂਗੂ ਪੂਰਾ ਪੂਰਾ ਕਰਦੇ ਹੋਣੇ ਆ। ਬਹੁਤ ਵਧੀਆ ਵਾਈਬ ਆਉਂਦੀ ਪਈ ਯਾਰ, ਯਾਰ ਆ ਪੂਰਾ ਪੂਰਾ ਮੇਰੀ ਸੁਪਰ ਬਾਈਕ ਆ ਯਾਰ, ਇਹ ਸੁਪਰ ਬਾਈਕ ਆ ਮੇਰੀ, ਸੁਪਰ ਬਾਈਕ ਜਾ ਬਾਈ। ਸਰ ਮੇਰਾ ਡ੍ਰੀਮ ਸੀਗਾ ਕਾਫੀ ਟਾਈਮ ਤੋਂ ਕਿ ਮੈਂ ਇੱਕ ਆਪਣੀ ਖੁਦ ਦੀ ਕਮਾਈ ਦੀ ਇੱਕ ਵਧੀਆ ਬਾਈਕ ਬਾਈ ਕਰਾਂ, ਅਤੇ ਪਹਿਲਾਂ ਮੈਂ ਸਿਟੀ ਹੰਡਰ ਲਈ ਸੀਗੀ, ਉਹ ਵੀ ਆਪਣੀ ਖੁਦ ਦੀ ਇਨਕਮ ਨਾਲ ਹੀ ਲਈ ਸੀਗੀ। ਤਾਂ ਗਾਇਸ ਫਾਈਨਲੀ ਆਪਾਂ ਪਹੁੰਚ ਗਏ ਹਾਂ ਗੁਰੂ ਘਰ, ਹੁਣ ਸਭ ਤੋਂ ਪਹਿਲਾਂ ਇੱਥੇ ਟੇਕੀਏ ਮੱਥਾ। ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈ ਲਿਆ ਆਪਾਂ, ਅਤੇ ਬਾਈਕ ਨੂੰ ਵੀ ਦਵਾ ਦਿੱਤਾ, ਹੁਣ ਬਲੈਸਿੰਗਸ ਆਪਣੇ ਨਾਲ ਆ, ਵਾਹਿਗੁਰੂ ਜੀ ਨਾਲ ਆ।
ਬਸ ਹੁਣ ਕੰਮ ਫਤਿਹ ਕਰਨਾ, ਜਿਹੜਾ ਵੀ ਕੰਮ ਕਰਨਾ ਫਤਿਹ ਕਰਨਾ। ਇੱਕ ਅੰਕਲ ਆਏ ਸੀਗੇ ਅਤੇ ਮੈਨੂੰ ਪੁੱਛਿਆ ਲਾ ਪਿਆ, ਜਦੋਂ ਮੈਂ ਗੁਰਦੁਆਰੇ ਸਾਹਿਬ ਤੋਂ ਮੱਥਾ ਟੇਕੇ ਜਦੋਂ ਬਾਹਰ ਆਇਆ, ਜਦੋਂ ਮੈਂ ਸਲਾਮ ਮਾਰ ਲੱਗਾ ਅਤੇ ਇੱਕ ਨਾ ਮੈਂ ਤੋਂ ਅੰਕਲ ਜੀ ਆ ਕੇ ਕਹਿੰਦੇ ਕਿ ਇਹ ਕਿਆ ਕਿਆ ਸ਼ਾਇਕ ਹੀ ਆ। ਮੈਂ ਕਿਹਾ ਅੰਕਲ ਜੀ ਇਹ ਰੋਇਲ ਇਨਫੀਲਡ ਵਾਲਿਆਂ ਦੀ 100 ਬਾਈਕ ਆ 350। ਉਹਨੂੰ ਸਮਝ ਲੱਗੀ ਨਹੀਂ ਕੀ ਆ। ਮੈਂ ਅੰਕਲ ਜਿਹਨਾਂ ਨੇ ਬੁਲਟ ਬਣਾਇਆ ਸੀ ਉਹਨਾਂ ਦੀ ਕੰਪਨੀ ਦੀ ਬਾਈਕ ਆ। ਕਹਿੰਦੇ ਅੱਛਾ 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 ਅੱਛਾ, ਕਹਿੰਦੇ ਇਹ ਬਾਈਕ ਇੱਧਰ ਘੱਟ ਆ ਅਤੇ ਬਾਈਕ ਬਾਹਰ ਜ਼ਿਆਦਾ ਯੂਜ਼ ਕਰਦੇ ਆ। ਮੈਂ ਕਿਹਾ ਹਾਂਜੀ ਹਾਂਜੀ। ਅਤੇ ਜਦੋਂ ਆ ਕੇ ਗਾਇਸ ਇੱਦਾਂ ਮਤਲਬ ਕੋਈ ਵੀ ਇੱਦਾਂ ਪੁੱਛਦਾ ਨਾ ਇਹ ਕੀ ਚੀਜ਼ ਆ ਜਿੱਦਾਂ ਕੋਈ ਵੀ ਆ ਨਾ, ਅਤੇ ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਨਾ, ਬਹੁਤ ਜ਼ਿਆਦਾ ਗਾਇਸ ਖੁਸ਼ੀ ਹੁੰਦੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੱਚੀ ਕਹਾਂ। ਇੱਥੇ ਯਾਰ ਜਾਮ ਲੱਗਿਆ ਰਹਿੰਦਾ, ਆਹ ਚੀਜ਼ ਨੂੰ ਬਖਸ਼ ਆ ਥੋੜ੍ਹੀ ਜਿਹੀ ਨੂੰ ਇੰਨੀ ਕੁ ਨੂੰ। 80 ਦੇ ਤਾਂ ਇੱਦਾਂ ਪਹੁੰਚਦੀ ਆ ਜਿੱਦਾਂ ਕੀ ਹੁੰਦਾ ਆ, ਇੰਨੀ ਕੁ ਜ਼ਿਆਦਾ ਸਮੂਥ ਚੱਲਦੀ ਪਈ ਗਾਈਸ ਇਹ ਬਾਈਕ, ਬਹੁਤ ਜ਼ਿਆਦਾ ਸਮੂਥ। ਅਤੇ ਇਹਦੀ ਆਵਾਜ਼ ਇੰਨੀ ਕੁ ਜ਼ਿਆਦਾ ਪਿਆਰੀ ਆ ਨਾ ਗਾਈਸ, ਤੁਹਾਨੂੰ ਮੈਂ ਸੱਚ ਕਹਾਂ ਬਹੁਤ ਜ਼ਿਆਦਾ ਪਿਆਰੀ ਆਵਾਜ਼ ਆ, ਬਹੁਤ ਜ਼ਿਆਦਾ ਗਾਈਸ। ਮੈਂ ਸਾਰਾ ਕੁਝ ਸੋਚਿਆ ਹੋਇਆ ਕਿ ਇਹਦੇ ਵਿੱਚ ਕੀ ਮੋਡੀਫਿਕੇਸ਼ਨ ਕਰਾਉਣੀ ਆ। ਹੁਣ ਬਾਈਕ ਆ ਗਈ ਆ ਬਸ, ਹੁਣ ਤਗੜੀ ਬਿਲਕੁਲ ਤਗੜੇ ਵਾਲੀ ਬਿਲਕੁਲ ਤਗੜੀ ਮੋਡੀਫਿਕੇਸ਼ਨ ਇਹਦੇ ਵਿੱਚ ਆਪਾਂ ਕਰਾਵਾਂਗੇ। ਆਹ ਆਪਣੀ ਰਹੀ ਬਿਊਟੀਫੁਲ ਬਾਈਕ, ਫਾਈਨਲੀ ਬਾਈਕ ਆਪਣੇ ਘਰ ਆ ਗਈ ਆ ਹੁਣ। ਬਾਕੀ ਯਾਰ ਬਾਈਕ ਇੰਨੀ ਬਿਊਟੀਫੁਲ ਲੱਗਦੀ ਪਈ ਨਾ, ਓਏ ਹੋਏ ਜਮਾਂ ਹੀ ਮਤਲਬ ਬਲਕ ਬਲਕ ਲੱਗਦੀ ਪਈ ਆ। ਆਹ ਮੇਰੀ ਓਲਡ ਬਾਈਕ ਆ, ਆ ਆ ਇਹ ਨਹੀਂ ਕਿ ਮੈਂ ਆਹ ਬਾਈਕ ਬਾਈ ਕੀਤੀ, ਆਹ ਬਾਈਕ ਕਲੀਅਰ ਕਰਤੀ ਨਾਲ ਦੋਨੇ ਬਾਈਕ ਰੱਖੀਆਂ ਆਪਾਂ ਹੁਣ। ਅਤੇ ਆਹ ਬਾਈਕ ਬਹੁਤ ਜ਼ਿਆਦਾ ਪਿਆਰੀ ਲੱਗਦੀ ਪਈ ਆ, ਬਹੁਤ ਜ਼ਿਆਦਾ। ਅਤੇ ਜਿਹੜਾ ਟਾਇਰ ਜਿਹੜਾ ਆ ਓਏ ਹੋਏ ਔਸਮ ਜਮਾਂ ਹੀ ਔਸਮ। ਅੱਜ ਦਾ ਵਲੌਗ ਬਸ ਇੰਨੇ ਸੀਗਾ, ਤਦ ਤੱਕ ਲਈ ਬਾਏ ਬਾਏ, ਰੱਬ ਰੱਖਾ, ਟੇਕ ਕੇਅਰ, ਖਿਆਲ ਰੱਖਿਓ ਆਪਣਾ, ਬਾਏ ਬਾਏ।